ਸਤਿ ਸ਼੍ਰੀ ਅਕਾਲ ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਬਰਗਾੜੀ ਨੂੰ ਕਾਫਲਾ ਚੱਲ ਪਿਆ, ਤੁਸੀਂ ਦੇਖ ਸਕਦੇ ਹੋ। ਸਾਡੇ ਵੀਰ ਗੱਡੀਆਂ ਦੇ ਝੰਡੇ, ਗੁਰੂ ਮਹਾਰਾਜ ਸਾਹਿਬ ਦੀ ਬੇਦਬੀ ਦਾ ਰੋਸ, ਜਿਹੜਾ ਇਹਨਾਂ ਨੇ ਕੁਛ ਨਹੀਂ ਦਿੱਤਾ ਹੈਗਾ, ਅਤੇ ਗੱਡੀਆਂ ਦਾ ਕਾਫਲਾ ਤੁਹਾਨੂੰ ਦਿਖਾਉਂਦੇ ਹਾਂ ਪੂਰਾ। ਧੰਨਵਾਦ ਵੀਰ ਜੀ। ਇੱਕ ਵੱਡਾ ਕਾਫਲਾ ਗੱਡੀਆਂ ਦਾ ਪਟਿਆਲੇ ਤੋਂ ਨਿਕਲਦਾ ਹੋਇਆ 10 ਮਿੰਟਾਂ ਦੇ ਵਿੱਚ ਚੱਲ ਪੈਣਾ ਹੈਗਾ ਮੇਰੇ ਮਿੱਤਰੋ। ਬਾਕੀ ਦੋਸਤੋ, ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਇੱਕ ਵੱਡੀ ਗਿਣਤੀ 'ਚ ਤੁਸੀਂ ਪਹੁੰਚੋ। ਇਹਨਾਂ ਅੱਜ ਜਿਹੜੇ ਦੋ ਅਕਾਲੀ ਔਰ ਕਾਂਗਰਸੀ ਜਿਹੜੀਆਂ ਰੈਲੀਆਂ ਨੇ ਇਹਨਾਂ ਦੀਆਂ, ਮੈਂ ਕਹਿੰਦਾ ਅੱਜ ਇਹਨਾਂ ਨੂੰ ਦੱਸੋ, ਮੂੰਹ ਤੋੜਵਾਂ ਜਵਾਬ ਦਿਓ, ਤਾਂ ਕਿ ਇਹ ਬੰਦੇ ਸਹੀ ਤਰੀਕੇ ਦੇ ਨਾਲ ਪੰਜਾਬ ਨੂੰ ਵਿਚਰ ਸਕਣ, ਪੰਜਾਬ 'ਚ ਰਹਿ ਸਕਣ ਜਾਂ ਕੰਮ ਕਰ ਸਕਣ। ਤੁਸੀਂ ਦੇਖ ਸਕਦੇ ਹੋ ਗੱਡੀਆਂ ਦਾ ਵੱਡਾ ਕਾਫਲਾ, ਸਾਧ ਸੰਗਤ ਪੂਰੀ ਖੜ੍ਹੀ ਤਿਆਰੀ 'ਚ, ਇੰਤਜ਼ਾਰ ਚੱਲ ਰਿਹਾ ਹੈ। ਗੱਡੀਆਂ ਆ ਵੀ ਰਹੀਆਂ ਨੇ ਕਈ, ਦੇਖੋ ਪੂਰਾ ਦਿਖਾ ਰਿਹਾ ਤੁਹਾਨੂੰ ਮੈਂ। ਸਾਡੇ ਭਾਅ ਜੀ ਹਰਮੀਤ ਪਠਾਨ ਮਾਜਰਾ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭਰਾ ਜੀ, ਕੁਝ ਕਹਿਣਾ ਚਾਹੁੰਦੇ ਹੋ? ਬਸ ਮੇਰੇ ਵੀਰ, ਛੇਤੀ ਤੋਂ ਛੇਤੀ ਪਹੁੰਚੋ, ਤਾਂ ਕਿ ਆਪਾਂ ਕੋਟਕਪੁਰੇ ਟਾਈਮ ਨਾਲ ਪਹੁੰਚ ਸਕੀਏ। ਸਾਰੀ ਸੰਗਤ ਉੱਥੇ ਆਪਣੀ ਵੇਟ ਕਰਦੀ ਆ। ਬੇਨਤੀ ਆ ਵੀ ਵਾਰ ਵਾਰ ਅਸੀਂ ਅਲੱਗ ਅਲੱਗ ਪੇਜਾਂ ਤੋਂ ਲਾਈਕ ਹੋ ਰਹੇ ਹਾਂ ਲਾਈਵ 'ਤੇ, ਵੀ ਭਰਾਓ ਵੇਟ ਕਰਦੇ ਤੁਹਾਡੀ, ਜਲਦੀ ਤੋਂ ਜਲਦੀ ਆ ਜਾਓ, ਤੁਹਾਡੀ ਵੇਟ 'ਚ ਆਏ ਪੂਰੇ। ਬਹੁਤ ਧੰਨਵਾਦ ਭਾਅ ਜੀ ਦਾ, ਬਹੁਤ ਧੰਨਵਾਦ। ਜੋਰਾ ਸਿੰਘ ਚੀਮਾ ਜੀ, ਕੁਝ ਕਹਿਣਾਗੇ ਵੀ ਜੀ? ਬਸ ਜੀ, ਸਾਡੇ ਵੀਰ ਘੁੰਮਣ ਸਾਹਿਬ ਆਪਣਾ ਤਾਂ ਇੱਕੋ ਸੰਦੇਸ਼ ਹੈ ਵਾਰ ਵਾਰ ਅੱਜ, ਕਿ ਜਲਦੀ ਤੋਂ ਜਲਦੀ ਪਹੁੰਚੋ, ਪਰ ਆਪਣਾ ਖਿਆਲ ਜ਼ਰੂਰ ਰੱਖਿਓ ਸਪੀਡਾਂ ਸਪੂਡਾਂ ਤੋਂ ਬਚ ਕੇ। ਕਈ ਵਾਰ ਕਾਹਲੀ ਦੇ ਚੱਕਰ ਦੇ ਵਿੱਚ ਕਈ ਹਾਦਸੇ ਵੀ ਹੋ ਜਾਂਦੇ ਨੇ, ਉਹ ਤੋਂ ਵੀ ਬਚਣਾ, ਅੱਗੇ ਟ੍ਰੈਫਿਕ ਦਾ ਵੀ ਰੌਲਾ ਹੈ, ਉਹ ਤੋਂ ਵੀ ਬਚਣਾ। ਅਤੇ ਪਰ ਕੀ ਕਹਿੰਦੇ ਆ ਵੀ ਗੁਰੂ ਸਾਹਿਬ ਲਈ ਹੈ ਨਾ, ਉਹਨਾਂ ਆਪਣਾ ਹਿੰਮਤ ਪਾਈਏ। ਬਹੁਤ ਧੰਨਵਾਦ ਘੁੰਮਣ ਸਾਹਿਬ ਦਾ। ਸਾਡੇ ਵੀਰ ਦਵਿੰਦਰ ਤੰਜੂ ਕੁਝ ਕਹਿਣਾ ਚਾਹਣਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤੋ, ਅਸੀਂ ਹੁਣ ਇਸ ਵੇਲੇ ਤਿਆਰ ਹਾਂ ਇੱਥੇ ਸਨੌਰ ਦੇ ਲਾਗੇ ਬਾਈਪਾਸ ਦੇ ਉੱਪਰ, ਅਤੇ ਇਦੋਂ ਬਾਅਦ ਅਗਲਾ ਜਿਹੜਾ ਪੜਾਅ ਹੋਊਗਾ ਉਹ ਲਗਭਗ 8 ਦੇ ਕਰੀਬ ਧਨੌਲੇ ਦੀਪਕ ਢਾਬੇ ਦੇ ਉੱਪਰ ਹੋਊਗਾ। ਅਤੇ ਆਪਾਂ ਚਲੋ ਅੱਜ ਪਹੁੰਚੀਏ ਹੁੰਮ ਹੁਮਾ ਕੇ, ਜਿਹੜਾ ਆਪਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਆਪਣਾ ਫਰਜ਼ ਆ ਉਹ ਨਿਭਾਈਏ। ਅਤੇ ਉਮੀਦ ਆ ਉੱਥੇ ਅੱਜ ਪੰਜਾਬੀ ਦਿਖਾ ਦੇਣਗੇ ਵੀ ਅਸੀਂ ਹੁੰਦੇ ਹਾਂ ਅਸਲ ਵਿੱਚ ਪੰਜਾਬੀ, ਔਰ ਅਸੀਂ ਆਪਣਾ ਫਰਜ਼ ਬਾਖੂਬੀ ਪਛਾਣਦੇ ਹਾਂ। ਮਿਹਰਬਾਨੀ, ਧੰਨਵਾਦ ਤੁਹਾਡਾ। ਧੰਨਵਾਦ, ਬਹੁਤ ਧੰਨਵਾਦ ਸਾਡੇ ਤੰਜੂ ਵੀਰ ਦਾ। ਸਾਡੇ ਕੌਰਜੀਵਾਲ ਸਾਹਿਬ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੇ, ਕੁਝ ਕਹਿਣਗੇ ਵੀਰ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਸਕੀ ਜਾਰ ਸਾਹਿਬ ਇੱਕ ਪਹਿਚਾਨ ਉਹਦੇ ਸੰਦੇਸ਼ ਅਨੁਸਾਰ ਜੋ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਹੈ, ਉਹਦੇ ਸੰਬੰਧ ਦੇ ਵਿੱਚ ਬਰਗਾੜੀ ਦੇ ਵਿੱਚ ਰੋਸ ਮਾਰਚ ਕੀਤਾ ਜਾ ਰਿਹਾ, ਜਿਹੜੀਆਂ ਨਾਨਕ ਲੇਵਾ ਸੰਗਤਾਂ ਨੇ ਉਹਨਾਂ ਦੇ ਵਿੱਚ ਜੋਸ਼ ਵੀ ਆ ਅਤੇ ਹੋਸ਼ ਵੀ ਆ, ਉਹ ਹੁੰਮ ਹੁਮਾ ਕੇ ਉਹਦਾ ਜੋ ਕਿ ਬਦਲਾ ਲੈਣ ਵਾਸਤੇ ਕਿ ਬੇਅਦਬੀ ਕੀਤੀ ਗਈ ਆ, ਉਹਦੇ ਰੋਸ ਵਜੋਂ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਏ। ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਜਿੰਨਾ ਵੀ ਟਾਈਮ ਆ ਉਹਨਾਂ ਅੱਜ ਬਰਗਾੜੀ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ, ਬਹੁਤ ਧੰਨਵਾਦ ਸਾਡੇ ਕੌਰਜੀਵਾਲ ਸਾਹਿਬ ਦਾ, ਬਹੁਤ ਧੰਨਵਾਦ ਜੀ। ਦੋਸਤੋ, ਤੁਸੀਂ ਦੇਖ ਸਕਦੇ ਹੋ ਸਾਡੇ ਵੀਰ ਬਿਲਕੁਲ ਤਿਆਰੀਆਂ 'ਤੇ ਐਨ ਡਟੇ ਹੋਏ, ਗੁਰੂ ਮਹਾਰਾਜ ਸਾਹਿਬ ਦੀ ਬੇਦਬੀ ਦਾ ਇਨਸਾਫ ਲੈਣ ਲਈ ਚੱਲੇ ਹੋਏ ਸਾਰੇ ਵੀਰਾਂ ਦਾ ਕਾਫਲਾ ਇੱਕ ਵੱਡਾ, ਤੁਸੀਂ ਦੇਖ ਸਕਦੇ ਹੋ ਵੱਡਾ, ਇੱਕ ਵੱਡਾ ਕਾਫਲਾ। ਹਾਲੇ ਵੀ ਇੰਤਜ਼ਾਰਾਂ ਚੱਲ ਰਹੀਆਂ ਨੇ ਮੇਰੇ ਮਿੱਤਰਾਂ ਦੇ, ਦੋਸਤਾਂ ਨੇ, ਕਈ ਪਹੁੰਚ ਰਹੇ ਨੇ, ਤੁਸੀਂ ਦੇਖ ਸਕਦੇ ਹੋ। ਹਾਂਜੀ ਹਾਂਜੀ, ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਕਿਰਪਾ ਦਾ ਜੋ ਅੱਜ ਬਰਗਾੜੀ ਅਸੀਂ ਚੱਲੇ ਹਾਂ ਜੀ, ਸਾਰੀ ਸੰਗਤ ਇਕੱਠੀ ਹੋ ਕੇ ਹਰਮੀਤ ਸਿੰਘ ਦੀ ਅਗਵਾਈ ਦੇ ਹੇਠ ਜਥਾ ਫੁੱਲ ਜਾਏਗਾ ਇੱਥੋਂ ਨਾਨਕ ਸਾਹਿਬ ਤੋਂ ਅਸੀਂ ਚੱਲੇ ਹਾਂ। ਹਾਂ, 250-300 ਗੱਡੀ ਦੇ ਰੂਪ ਵਿੱਚ ਆ ਰਹੇ, ਇਹਨਾਂ ਨਾਲ ਗੱਲ ਕਰੋ ਜੀ। ਗੁਰੂ ਗ੍ਰੰਥ ਸਾਹਿਬ ਵਾਸਤੇ ਅਸੀਂ ਕੁਛ ਵੀ ਕਰ ਸਕਦੇ ਹਾਂ, ਇਕੱਲਾ ਇਕੱਲਾ ਬੰਦਾ 5-5 ਗੱਡੀਆਂ ਨਾਲ ਲੈ ਕੇ ਜਾ ਰਿਹਾ, ਘੱਟੋ ਘੱਟ ਵੀ 250 ਗੱਡੀ ਦਾ ਕਾਫਲਾ ਇੱਥੋਂ ਪਟਿਆਲੇ ਤੋਂ ਸਾਡਾ ਰਵਾਨਾ ਹੋਏਗਾ ਬਰਗਾੜੀ ਲਈ, ਕੋਟਕਪੁਰੇ ਲਈ। ਅਤੇ ਸੰਗਤ 'ਚ ਬਹੁਤ ਹੀ ਉਤਸ਼ਾਹ ਹੈ ਦੇਖਣ ਨੂੰ ਮਿਲਿਆ। ਕੋਈ ਹੋਰ ਮੇਰਾ ਵੀਰ ਕੁਛ ਕਹਿਣਾ ਚਾਹੁੰਦਾ ਹੋਇਆ? ਗੁਰੂ ਗ੍ਰੰਥ ਸਾਹਿਬ ਸਾਰੇ ਧਰਮਾਂ ਦਾ ਗ੍ਰੰਥ ਹੈ, ਇਹਦੇ 'ਚ
ਗੁਰੂ ਗ੍ਰੰਥ ਸਾਹਿਬ ਸਾਰੇ ਧਰਮਾਂ ਦਾ ਗ੍ਰੰਥ ਹੈ, ਇਹ ਸਿੱਖ ਇਸਾਈ ਮੁਸਲਮਾਨ ਸਾਰੇ ਜੋ ਧਰਮ ਹੈ ਇਹੋ ਸ਼ਾਂਤੀ ਦਾ ਸੰਦੇਸ਼ ਦਿੰਦਾ। ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਅਸੀਂ ਉਹਦੇ ਸੰਬੰਧ ਵਿੱਚ ਬਹੁਤ ਪ੍ਰੋਟੈਸਟ ਕਰ ਰਹੇ ਹਾਂ। ਜੋ ਇੱਥੇ ਗੱਡੀਆਂ ਆ ਰਹੀਆਂ, ਜਿਹੜਾ ਸਿੱਖ ਆ ਜਾਂ ਹਿੰਦੂ ਆ ਮੁਸਲਮਾਨ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਾਰਿਆਂ ਦੀ ਬਾਣੀ ਲਿਖੀ, ਭਗਤਾਂ ਦੀ ਬਾਣੀ ਲਿਖੀ ਹੈ, ਜਿਹਨੂੰ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਇਹ ਪੋਲੀਟੀਕਲ ਪਾਰਟੀਆਂ ਜੋ ਰੈਲੀ ਕਰ ਰਹੀਆਂ, ਕਾਂਗਰਸ ਜਾਂ ਅਕਾਲੀ, ਇਹਨਾਂ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਨਾਲ ਹੈ ਨਹੀਂ ਪਿਆਰ, ਇਹ ਆਪਣੀ ਪੋਲੀਟੀਕਲ ਚਮਕਾਉਣਾ ਚਾਹੁੰਦੇ ਆ। ਇਹ ਗੁਰੂ ਗ੍ਰੰਥ ਸਾਹਿਬ ਨਾਲ ਇਹਨਾਂ ਨੂੰ ਕੋਈ ਨਹੀਂ, ਇਹਨਾਂ ਨੂੰ ਭਾਜ ਦਿਓ, ਇਹਨਾਂ ਨੂੰ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਕੀ ਚੀਜ਼ ਆ। ਗੁਰੂ ਗ੍ਰੰਥ ਸਾਹਿਬ ਮਾਨਵਤਾ ਵਾਸਤੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਧੰਨਵਾਦ ਮੇਰੇ ਵੀਰ, ਇੱਕ ਹੋਰ ਕੁਝ ਕਹਿਣਾ ਚਾਹਣਗੇ? ਬਹੁਤ ਹੀ ਸਤਿਕਾਰਯੋਗ ਗੁਰੂ ਖਾਲਸਾ ਜੀ, ਗੁਰੂ ਸਾਂਝੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਹਿ ਸਕਦੇ ਹਾਂ ਬਹੁਤ ਹੀ ਵਡਭਾਗਾ ਦਿਨ ਆ, ਜੋ ਸਿੱਖ ਕੌਮ 'ਤੇ ਇਮਤਿਹਾਨ ਦੀ ਅੱਜ ਦੀ ਘੜੀ ਆ ਉਹਨੂੰ ਵਿਰਲੇ ਹੀ ਪਾਸ ਕਰਨਗੇ। ਮੈਂ ਇਹ ਦਾਅਵੇ ਨਾਲ ਕਹਿ ਸਕਦਾ ਜੋ ਤਾਂ ਗੁਰੂ ਦੇ ਸਿੱਖ ਨੇ ਬਾਣੀ ਨਾਲ ਜੁੜੇ ਹੋਏ ਨੇ ਅਤੇ ਕੌਮ ਦਾ ਸਤਿਕਾਰ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਨੇ, ਉਹਦੇ ਭਰਾ ਜਾਣਗੇ ਸਾਰੇ ਬਰਗਾੜੀ, ਕਿਉਂਕਿ ਸਿੱਖ ਕੌਮ ਵਾਸਤੇ ਅੱਜ ਸਿਰ ਧੜ ਦੀ ਬਾਜ਼ੀ ਦਾ ਕੰਮ ਹੈ। ਇਹ ਜੋ ਮਸੰਦ ਪਰਿਵਾਰ ਅਤੇ ਡੋਗਰੇ ਪਰਿਵਾਰ ਨੇ ਰੱਖੀ ਹੈ ਰੈਲੀ ਲੰਬੀ, ਜੋ ਮੌਜੂਦਾ ਸਰਕਾਰ ਆਪਾਂ ਸਾਰੇ ਜਾਣਦੇ ਹਾਂ, ਸਰਕਾਰ ਨੂੰ ਕੋਈ ਰੈਲੀਆਂ ਕਰਨ ਦੀ ਲੋੜ ਨਹੀਂ ਹੁੰਦੀ। ਇਹ ਆਪਣੀ ਸਰਕਾਰ ਦੇ ਹੁੰਦਿਆਂ ਰੈਲੀਆਂ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ? ਬਾਦਲਾਂ ਨਾਲ ਆਪਣੇ ਰਿਸ਼ਤੇਦਾਰੀਆਂ ਆਪਣੀਆਂ ਦੋਸਤੀਆਂ ਨਿਭਾਉਣਾ ਚਾਹੁੰਦੇ ਨੇ, ਬਾਦਲਾਂ ਨੇ ਰੱਖੀ ਹੈ ਪਟਿਆਲੇ ਭਰਾਵੋ, ਉੱਥੇ ਜਾਣਗੇ ਮਸੰਦ ਸਿੱਖ ਭਰਾਵੋ। ਬੇਨਤੀ ਹੈ ਸਿੱਖ ਕੌਮ ਨੂੰ, ਅੱਜ ਆਪਾਂ ਨੂੰ ਸਿੱਖ ਹੋਣ ਦੇ ਨਾਤੇ ਸਾਰੀ ਕੌਮ ਨੂੰ ਬੇਨਤੀ ਕਰਦੇ ਹਾਂ ਭਰਾਵੋ, ਹੱਥ ਜੋੜ ਕੇ ਬੇਨਤੀ ਹੈ, ਅੱਜ ਆਪਾਂ ਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ, ਆਪਾਂ ਇਕੱਠੇ ਹੋ ਕੇ ਉੱਥੇ ਜਾਈਏ ਤਾਂ ਕਿ ਇਹਨਾਂ ਦੀ ਕਾਂਗਰਸੀਆਂ ਅਤੇ ਬਾਦਲਾਂ ਦੀ ਆਪਾਂ ਜੜ੍ਹਾਂ ਪੰਜਾਬ 'ਚ ਜੋ ਇਹ ਮਿਲ ਭੁਗਤ ਕੇ ਖੇਡ ਰਹੇ ਨਾ, ਆਪਾਂ ਇਹਨਾਂ ਤਾਂ ਹੀ ਉਹ ਪੱਟ ਸਕਦੇ ਹਾਂ ਭਰਾਵੋ। ਉੱਥੇ ਕੋਈ ਸਿਆਸੀ ਨਹੀਂ, ਉੱਥੇ ਇੱਕ ਧਾਰਮਿਕ ਮੁੱਦੇ ਨੂੰ ਲੈ ਕੇ ਆਪਾਂ ਚੱਲੇ ਹਾਂ। ਸਾਰੀ ਹੀ ਸਿੱਖ ਕੌਮ ਨੂੰ ਬੇਨਤੀ ਹੈ ਭਰਾਵੋ, ਆਪਣੇ ਪੰਜਾਬ ਨੂੰ ਖਾਸ ਕਰਕੇ, ਹਰਿਆਣੇ ਤੋਂ ਬੜੀ ਵੱਡੀ ਗਿਣਤੀ ਵਿੱਚ ਸੰਗਤ ਉੱਥੇ ਪਹੁੰਚ ਰਹੀ ਹੈ ਪਹਿਲਾਂ ਹੀ, ਅਤੇ ਆਪਾਂ ਨੂੰ ਸਿੱਖ ਕਹਾਉਣ ਵਾਲਿਆਂ ਜਿਹੜੇ ਮਸੰਦ ਬਾਦਲਾਂ ਦੀ ਰੈਲੀ ਜਾ ਰਹੇ ਹਾਂ, ਤੁਹਾਨੂੰ ਥੋੜ੍ਹੀ ਬਹੁਤੀ ਸ਼ਰਮ ਹੈ? ਜੇ ਹੈ ਭਰਾਵੋ, ਇਹਨਾਂ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੀ ਜੋ ਮਾਨਤਾ ਸੀ ਕਿੱਥੇ ਇਹਨਾਂ ਨੇ ਆਣ ਕੇ ਖੜੀ ਕਰਤੀ? ਕਦੀ ਭਾਈ ਇਹਨਾਂ ਦਾ ਹਿੰਮਤ ਸਿੰਘ ਪਹਿਲਾਂ ਬਿਆਨ ਦਿੰਦਾ ਕਿ ਇਹ ਜਥੇਦਾਰ ਇੱਦਾਂ ਨੇ ਭਰਾਵੋ, ਸਭ ਸਾਰਿਆਂ ਦੇ ਸਾਹਮਣੇ ਸਿੱਖ ਕੌਮ ਦੇ ਆ ਚੁੱਕਿਆ, ਅੱਜ ਆਪਾਂ ਨੂੰ ਇਹ ਸੋਚਣਾ ਚਾਹੀਦਾ। ਇਸ ਕਰਕੇ ਮੈਂ ਫਿਰ ਦੁਬਾਰਾ ਸਾਰੀ ਕੌਮ ਨੂੰ ਬੇਨਤੀ ਕਰਦਾ ਭਰਾਵੋ, ਹੁੰਮ ਹੁਮਾ ਕੇ ਬਰਗਾੜੀ ਪਹੁੰਚੋ। ਮੈਂ ਇੰਨਾ ਹੀ ਕਹਿੰਦਾ ਹੋਇਆ ਖਿਮਾ ਦਾ ਜੱਜ ਕਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਮੇਰੇ ਵੀਰ ਦਾ, ਬਹੁਤ ਧੰਨਵਾਦ। ਦੋਸਤੋ, ਸੰਗਤ ਹਲੇ ਵੀ ਪਹੁੰਚ ਰਹੀ ਹੈ, ਸਾਡੇ ਬਾਪੂ ਜੀ ਆਏ ਨੇ, ਬਜ਼ੁਰਗ ਆਏ ਨੇ, ਕੁਝ ਕਹਿਣਾ ਚਾਹਣਗੇ? ਬਾਪੂ ਜੀ ਬਰਗਾੜੀ ਚੱਲੇ ਆ, ਗੁਰੂ ਮਹਾਰਾਜ ਸਾਹਿਬ ਦੀ ਬੇਦਬੀ ਦਾ ਇਨਸਾਫ ਲੈਣ ਵਾਸਤੇ ਕੁਝ ਕਹੋ। ਅੱਜ ਅਸੀਂ ਸਾਰੇ ਹੀ ਪੰਜਾਬੀ ਪੰਜਾਬ ਵਾਸੀ ਜਿਹੜੇ ਨੇ, ਜਿਨ੍ਹਾਂ ਨੇ ਬਹੁਤ ਹੀ ਦੁੱਖ ਹੋਇਆ ਜਦੋਂ ਦੇਖਿਆ ਕਿ ਇਹਨਾਂ ਨੇ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲੀ ਰਾਜ ਦਾ ਵੇਲੇ ਜਿਹੜੀ ਬੇਅਦਬੀ ਹੋਈ ਸੀਗੀ, ਉਸ ਬੇਅਦਬੀ ਦਾ ਇਹਨਾਂ ਨੇ ਜਾਣ ਬੁੱਝ ਕੇ ਕਰਵਾਈ, ਔਰ ਉਸ ਦਾ ਅੱਜ ਤੱਕ ਕੋਈ ਨਿਆਂ ਨਹੀਂ ਮਿਲਿਆ। ਉਹ ਨਿਆਂ ਲੈਣ ਲਈ ਸਿੱਖ ਜਥੇਬੰਦੀਆਂ ਸਾਰੀਆਂ ਜਿਹੜੀਆਂ ਬਰਗਾੜੀ ਦੇ ਵਿੱਚ ਮੋਰਚੇ ਲਾਈ ਬੈਠੀਆਂ ਨੇ, ਅਤੇ ਉਹਨਾਂ ਦੇ ਲਈ 7 ਤਰੀਕ ਜਿਹੜੀ ਮਿਥੀ ਗਈ ਸੀਗੀ, ਸਾਰੇ ਪੰਜਾਬ ਦੇ ਵਿੱਚੋਂ ਸਾਰੇ ਸਿੱਖ, ਸਾਰੇ ਪੰਜਾਬੀ, ਸਾਰੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਜਿਹੜੇ ਨੇ ਉਹ ਬਰਗਾੜੀ ਪਹੁੰਚ ਰਹੇ ਨੇ। ਬਹੁਤ ਹੀ ਪਟਿਆਲੇ ਤੋਂ ਵੀ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸਿੰਘ ਜਿਹੜੇ ਨੇ ਬਰਗਾੜੀ ਪਹੁੰਚ ਰਹੇ ਨੇ। ਸਾਰੇ ਹੀ ਪਹੁੰਚਣਾ ਚਾਹੀਦਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਸਾਡੇ ਬਾਪੂ ਜੀ ਦਾ, ਬਹੁਤ ਧੰਨਵਾਦ। ਬੋਲਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਿੱਖ ਕੌਮ ਨੂੰ ਅੱਜ ਬਰਗਾੜੀ ਪਹੁੰਚ ਕੇ ਜ਼ਰੂਰ ਹਿੱਸਾ ਲੈਣਾ ਚਾਹੀਦਾ ਜੀ, ਅਤੇ ਕਾਂਗਰਸ ਦੀ ਅਤੇ ਅਕਾਲੀਆਂ ਦੀ ਮਿਲੀ ਭਗਤ ਦੀ ਜੜ੍ਹਾਂ ਪੱਟਣੀ ਚਾਹੀਦੀਆਂ। ਮੇਰੀ ਤਾਂ ਇਹੀ ਰਿਕੁਐਸਟ ਆ ਸਾਰੇ ਭਰਾਵਾਂ ਨੂੰ ਬਰਗਾੜੀ ਪਹੁੰਚਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਵੀਰ ਦਾ, ਬਹੁਤ ਧੰਨਵਾਦ। ਦੋਸਤੋ, ਜਿਵੇਂ ਕਿ ਸਾਰੀ ਤਕਰੀਬਨ ਸੰਗਤ ਤਿਆਰ ਹੈ, ਇਹ ਕੋਈ ਇਹ ਨਹੀਂ ਕਿ ਆਪਾਂ ਇੱਕ ਧਰਮ ਦਾ ਕੰਮ ਹੈ ਜਾਂ ਕਿਸ ਤਰ੍ਹਾਂ, ਸਰਬ ਸ਼ਾਂਤੀ ਵਾਲਤਾ ਦਾ ਪ੍ਰਤੀਕ ਨੇ ਗੁਰੂ ਗ੍ਰੰਥ ਸਾਹਿਬ, ਸਾਰੇ ਧਰਮਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ। ਅਤੇ ਸਭ ਨੂੰ ਮੈਂ ਕਹਿੰਦਾ, ਸਾਰਿਆਂ ਨੂੰ ਸਾਡੀ ਅਪੀਲ ਹੈ, ਇੱਕ ਵੱਡੀ ਅਪੀਲ ਹੈ ਸਾਰਿਆਂ ਨੂੰ, ਕੋਈ ਵੀ ਹੈ, ਚਾਹੇ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ, ਕੋਈ ਵੀ ਐਨੀਥਿੰਗ,
ਤਾਂ ਸਾਰਿਆਂ ਨੂੰ ਪਹੁੰਚਣਾ ਚਾਹੀਦਾ, ਹੁੰਮ ਹਵਾ ਕੇ ਪਹੁੰਚਣਾ ਚਾਹੀਦਾ ਦੋਸਤੋ। ਇੱਕ ਵੱਡਾ ਕਾਫਲਾ, ਯਸ਼ ਬਾਈ ਆ ਗਏ ਨੇ। ਯਸ਼ ਬਾਈ ਕੁਝ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ, ਜੈ ਹਿੰਦ ਸਾਥੀਓ ਸਾਰਿਆਂ ਨੂੰ। ਬਸ ਕਹਿਣਾ ਕੀ ਹੈ ਵੀ ਸਾਰਿਆਂ ਨੂੰ ਰਿਕੁਐਸਟ ਹੈ ਵੀ ਅਸੀਂ ਤਾਂ ਪਹੁੰਚ ਹੀ ਰਹੇ ਹਾਂ ਬਰਗਾੜੀ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਦੇਖੋ ਇਹਨੂੰ ਕਿਸੇ ਧਾਰਮਿਕ ਮੁੱਦੇ ਨੂੰ ਨਾ ਲੈ ਕੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਉਹ ਸਾਰਿਆਂ ਦੇ ਸਰਬ ਸਾਂਝੇ ਨੇ, ਇੱਕ ਜੀਵਨ ਜਿਉਣ ਦਾ ਇੱਕ ਆਦਰਸ਼ ਹੈ, ਉਹ ਕਿਸੇ ਇੱਕ ਧਰਮ ਦੇ ਨਾਲ ਸੰਬੰਧਿਤ ਨਹੀਂ ਹੈ। ਅਤੇ ਮੇਰੀ ਸਾਰਿਆਂ ਰਿਕੁਐਸਟ ਹੈ ਕਿ ਜਿਹੜੇ ਇਹਨਾਂ ਨੇ ਅਕਾਲੀ ਅਤੇ ਕਾਂਗਰਸੀਆਂ ਨੇ ਜਿਹੜਾ ਇਹ ਬੇਵਕੂਫ ਬਣਾਉਣ ਨੂੰ ਰੱਖਿਆ, ਸੇਮ ਡੇਟ ਦੇ ਵਿੱਚ ਦੋ ਰੈਲੀਆਂ, ਮੇਰੀ ਰੋਟੀ ਤੁਹਾਡੇ ਘਰ ਅਤੇ ਤੁਹਾਡੀ ਰੋਟੀ ਮੇਰੇ ਘਰ, ਇਹ ਸਿਰਫ ਵੀ ਲੋਕ ਉੱਥੇ ਨਾ ਪਹੁੰਚਣ, ਇਹ ਮਸੰਦਾਂ ਨੂੰ ਇਹਨਾਂ ਇੱਕ ਇਤਿਹਾਸ ਲਿਖਿਆ ਜਾਏਗਾ। ਔਰ ਤੁਸੀਂ ਕਿਸ ਪਾਲੇ ਦੇ ਵਿੱਚ ਖੜ੍ਹੇ ਸੀਗੇ ਲੋਕ, ਕਿਤੇ ਇਹ ਨਾ ਹੋਵੇ ਵੀ ਇਹਨਾਂ ਅਕਾਲੀ ਅਤੇ ਕਾਂਗਰਸੀਆਂ ਦੇ ਰੈਲੀਆਂ ਦੇ ਵਿੱਚ ਜਾ ਕੇ ਅਤੇ ਤੁਸੀਂ ਆਪਣੇ ਆਪ ਦੇ ਉੱਪਰ ਇੱਕ ਕਲੰਕ ਲਵਾ ਲਵੋ। ਅਤੇ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਵੀ ਅਸੀਂ ਤਾਂ ਪਹੁੰਚ ਰਹੇ ਹਾਂ ਬਰਗਾੜੀ, ਅਤੇ ਜਿਨ੍ਹਾਂ ਦੇ ਕੋਲ ਟਾਈਮ ਨਹੀਂ ਹੈ ਅਤੇ ਨਹੀਂ ਆ ਸਕਦੇ, ਕੋਈ ਗੱਲ ਨਹੀਂ, ਪਰ ਉਹਨਾਂ 'ਤੇ ਲਾਣਤਾਂ ਜ਼ਰੂਰ ਦਿਓ ਅਤੇ ਆਪਣੇ ਆਲੇ ਦੁਆਲੇ ਇਹ ਧਿਆਨ ਰੱਖਿਓ ਵੀ ਕੌਣ ਮਸੰਦਾਂ ਦੀ ਅਤੇ ਕੌਣ ਡੋਗਰਿਆਂ ਦੀ ਰੈਲੀ ਦੇ ਵਿੱਚ ਜਾ ਰਹੇ ਨੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਥੈਂਕ ਯੂ ਯਸ਼ ਬਾਈ ਦਾ। ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਇੱਕ ਤਾਂ ਜਾਣਗੇ ਮਸੰਦਾਂ ਦੀ ਰੈਲੀ 'ਚ, ਇੱਕ ਜਾਣਗੇ ਡੋਗਰਿਆਂ ਦੀ ਰੈਲੀ 'ਚ, ਲੇਕਿਨ ਜਿਹੜੀ ਗੁਰੂ ਦੀ ਫੌਜ ਆ ਉਹ ਪਹੁੰਚਣੀ ਆ ਬਰਗਾੜੀ, ਉਹ ਬਰਗਾੜੀ ਪਹੁੰਚਣੀ ਆ ਦੋਸਤੋ। ਕਾਫਲਾ ਲੰਬਾ ਹੁੰਦਾ ਜਾ ਰਿਹਾ, ਮੇਰੀ ਅਪੀਲ ਆ ਹੋਰ ਵੀ ਜਿੰਨੇ ਵੀ ਬੰਦੇ ਇੱਥੇ ਪਹੁੰਚਣ ਵਾਲੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ, ਕਿਉਂਕਿ ਸਾਧ ਸੰਗਤ ਪਹੁੰਚਦੀ ਜਾ ਰਹੀ ਹੈ, ਕਾਫਲਾ ਲੰਬਾ ਹੁੰਦਾ ਜਾ ਰਿਹਾ। ਤੁਸੀਂ ਆਪ ਦੇਖ ਸਕਦੇ ਹੋ, ਤੁਹਾਨੂੰ ਮੈਂ ਪਰਲੀ ਸਾਈਡ ਤੋਂ ਵਿਊਜ਼ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਹੁਣ ਤੁਸੀਂ ਆਪ ਦੇਖ ਸਕਦੇ ਹੋ ਦੋਸਤੋ। ਇੱਥੋਂ ਸਟਾਰਟ ਨੇ, ਦੇਖੋ ਇੱਕ ਵੱਡਾ ਕਾਫਲਾ ਗੱਡੀਆਂ ਦਾ, ਉਹ ਪਿੱਛੇ ਤੱਕ ਜਿੱਥੇ ਤੱਕ ਨਿਗਾਹ ਤੁਹਾਡੀ ਜਾ ਸਕਦੀ ਹੈ। ਠੀਕ ਹੈ ਦੋਸਤੋ, ਇਹ ਜਿਹੜੀ ਚੀਜ਼ ਇਹਨਾਂ ਨੇ ਕੀਤੀ ਹੈ ਜਾਂ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਇਹਨਾਂ ਨੇ ਕੀਤੀ, ਜਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਨਹੀਂ ਦਿਵਾਉਣ ਦੀ ਇਹਨਾਂ ਨੇ ਚੇਸ਼ਟਾ ਕੀਤੀ, ਕੋਈ ਵਾਰ ਵਾਰ ਜਿਹੜੇ ਕਮਿਸ਼ਨ ਬਣਾਏ ਜਾ ਰਹੇ ਨੇ, ਜਾਂ ਹੋਰ ਕੋਈ ਕਦੀ ਜਸਟਿਸ ਜੋਰਾ ਸਿੰਘ ਕਮਿਸ਼ਨ ਆ ਰਿਹਾ, ਕਦੀ ਰਣਜੀਤ ਸਿੰਘ ਕਮਿਸ਼ਨ ਆ ਰਿਹਾ ਹੈ, ਫਿਰ ਉਸ ਤੋਂ ਬਾਅਦ ਜੋ ਉਸ ਕਮਿਸ਼ਨਾਂ ਦੇ ਵਿੱਚ ਰਿਪੋਰਟਾਂ ਆਉਂਦੀਆਂ ਨੇ, ਵਿਧਾਨ ਸਭਾ 'ਚ ਬਹਿਸਾਂ ਵੀ ਹੁੰਦੀਆਂ ਨੇ, ਪਰ ਜਿਹੜੀ ਬਹਿਸ ਕਰਕੇ ਵੀ ਉਸ ਤੋਂ ਬਾਅਦ ਵੀ ਇਹ ਲੋਕ ਉਹਦੇ ਉੱਪਰ ਠੀਕ ਤਰ੍ਹਾਂ ਨਹੀਂ ਕੰਮ ਕਰ ਪਾਉਂਦੇ, ਵਿਧਾਨ ਸਭਾ 'ਚ ਪੂਰੀ ਬਹਿਸ ਕਰਾ ਕੇ ਵੀ ਕੋਈ ਫਾਇਦਾ ਨਹੀਂ ਹੈ ਕਿਸੇ ਤਰੀਕ ਦਾ, ਫਿਰ ਉਸ 'ਤੇ ਸਟੇਆਂ ਲਈਆਂ ਜਾਂਦੀਆਂ ਨੇ, ਇਹ ਜਿਹੜੀਆਂ ਚੀਜ਼ਾਂ ਨੇ ਸਾਰੀ ਰਾਜਨੀਤੀ ਕਰਕੇ, ਔਰ ਰਾਜਨੀਤੀ ਜਿਹੜੀ ਕਰਦੇ ਨੇ ਉਹ ਬਹੁਤ ਗੰਦੀ ਹੈ, ਰੁਮਾੜੀ ਹੈ, ਜਿਹੜਾ ਧਰਮ ਦੀ ਰਾਜਨੀਤੀ ਖੇਡਦੇ ਨੇ ਇਹ। ਤਾਂ ਸਾਡੀ ਮੇਰੀ ਪੂਰੀ ਸਾਧ ਸੰਗਤ ਨੂੰ ਅਪੀਲ ਹੈ, ਪੂਰੇ ਮੈਂ ਕਹਿੰਦਾ ਮੇਰੇ ਸਮਾਜ ਵੱਲੋਂ ਵੀ, ਸਾਡੇ ਪੂਰੇ ਸਮਾਜ ਵੱਲੋਂ ਵੀ ਅਪੀਲ ਹੈ, ਇੱਕ ਵੱਡਾ ਕਾਫਲਾ ਵੀ ਜਾ ਰਿਹਾ ਜੀ ਲੁਧਿਆਣੇ ਤੋਂ, 200 ਹਿੰਦੂ ਜਥੇਬੰਦੀਆਂ ਵੱਲੋਂ ਜਿਹੜਾ ਸਮਰਥਨ ਹੈ ਜਾਂ ਦਿੱਤੇ ਜਾ ਰਹੇ ਆ, ਕੋਈ ਕਈ ਮੈਨ ਸਾਹਿਬ ਨੇ ਕਿਹਾ ਸੀ ਕੱਲ੍ਹ ਪਰਸੋਂ ਪ੍ਰੈਸ ਕਾਨਫਰੰਸ 'ਚ, ਉਹਨਾਂ ਨੇ ਦੱਸਿਆ ਵੀ ਸੀ। ਤਾਂ ਮੇਰੇ ਖਿਆਲ 'ਚ ਪੂਰੇ ਪੰਜਾਬ ਦੇ ਵਿੱਚੋਂ ਸਮੂਹ ਧਰਮਾਂ ਵੱਲੋਂ ਇਸ ਰੋਜ਼ ਦੇ ਵਿੱਚ ਸ਼ਾਮਿਲ ਹੋਇਆ ਜਾਏਗਾ, ਇਹ ਨਹੀਂ ਹੈਗਾ ਕੋਈ ਰਾਜਨੀਤੀ ਰੱਖੀ ਗਈ ਹੈ। ਕੱਲ੍ਹ ਇੱਕ ਨਿਊਜ਼ ਚੈਨਲ ਉੱਤੇ ਡਿਬੇਟ ਦੇ ਉੱਤੇ ਵੀ ਸਾਨੂੰ ਪੁੱਛਿਆ ਗਿਆ ਸੀ ਕਿ ਤੁਹਾਡੀ ਰੈਲੀ ਹੋ ਰਹੀ ਹੈ, ਤਾਂ ਅਸੀਂ ਕਿਹਾ ਸੀ ਇਹ ਰੈਲੀ ਨਹੀਂ ਹੈਗੀ ਹੈ, ਸਾਡਾ ਰੋਸ ਮਾਰਚ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਜਿਹੜੀ ਬੇਇੱਜ਼ਤੀ ਹੋਈ ਹੈ, ਜਿਹੜੀ ਬੇਅਦਬੀ ਕੀਤੀ ਗਈ ਹੈ, ਉਹਦੇ ਲਈ ਸਾਡਾ ਰੋਸ ਮਾਰਚ ਹੈ। ਰੈਲੀਆਂ ਤਾਂ ਇਹਨਾਂ ਦੀਆਂ, ਅਕਾਲੀਆਂ ਦੀਆਂ ਔਰ ਕਾਂਗਰਸੀਆਂ ਦੀਆਂ, ਵੈਸੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਮੈਂ ਕਹਿੰਦਾ ਇਹਨਾਂ ਨੂੰ ਇੰਨੀ ਕੁ ਸ਼ਰਮ ਆਏ ਕਿ ਇਹ ਮੂੰਹ ਦਿਖਾਉਣ ਚੌਕੇ ਨਾ ਰਹਿਣ, ਔਰ ਮਹਾਰਾਜ ਸਾਹਿਬ ਗੁਰੂ ਮਹਾਰਾਜ ਦੀਆਂ ਜਿੰਨੀ ਕੁ ਮੈਂ ਕਹਿੰਦਾ ਮੇਅਰ ਹੋਣੀਆਂ, ਇਹਨਾਂ ਦੀ ਕੁਰਸੀਆਂ ਖਾਲੀਆਂ ਪਈਆਂ ਰਹਿਣੀਆਂ ਨੇ, ਚਾਹੇ ਉਹ ਅਕਾਲੀ ਨੇ ਚਾਹੇ ਉਹ ਕਾਂਗਰਸੀ ਨੇ, ਇਹਨਾਂ ਦਾ ਇੰਨਾ ਕੁ ਮਾੜਾ ਹਾਲ ਹੋਣਾ ਜੀ ਇਹਨਾਂ ਦੀ ਰੈਲੀਆਂ ਦਾ, ਇਹਨਾਂ ਦਾ ਇੰਨਾ ਕੁ ਮਾੜਾ ਹਾਲ ਹੋਣਾ ਇਹਨਾਂ ਦੀ ਰੈਲੀਆਂ ਦਾ। ਇਹਨਾਂ ਬੇਸ਼ਰਮਾਂ ਨੂੰ ਇੰਨੀ ਸ਼ਰਮ ਨਹੀਂ ਆਈ ਕਿ ਅੱਜ ਜਿਹੜਾ ਰੋਸ ਮਾਰਚ ਹੈ, ਸਭ ਤੋਂ ਪਹਿਲਾਂ ਕਿਹਾ ਗਿਆ ਵੀ ਰੋਸ ਮਾਰਚ ਕੱਢਿਆ ਜਾਏਗਾ ਕੋਟਕਪੂਰੇ ਤੋਂ ਬਰਗਾੜੀ ਤੱਕ, ਲੇਕਿਨ ਜਿਹੜਾ ਇਹਨਾਂ ਨੇ ਕਿਹਾ ਕਿ ਸਵੇਰੇ ਅਨਾਊਂਸ ਹੋ ਰਹੀ ਹੈ ਕਿ ਲੰਬੀ ਰੈਲੀ ਕੀਤੀ ਜਾਊਗੀ, ਉਸ ਤੋਂ ਬਾਅਦ ਕਿਹਾ ਗਿਆ ਪਟਿਆਲੇ ਰੈਲੀ ਕੀਤੀ ਜਾਊਗੀ, ਮੇਰੀ ਤੇਰੇ ਘਰ ਰੈਲੀ, ਤੇਰੀ ਮੇਰੇ ਘਰ ਰੈਲੀ, ਇਹ ਕੀ ਹੈ ਇਹ ਦੱਸੋ? ਇਹਦੇ 'ਚ ਸਾਰੇ ਪੰਜਾਬ ਨੂੰ ਹੁਣ ਆਪ ਹੀ ਪਤਾ ਲੱਗ ਜਾਣਾ ਚਾਹੀਦਾ ਕਿ ਜਿਹੜਾ ਇਹ ਰੈਲੀਆਂ ਖੇਲ ਕੇ, ਤੇਰੀ ਚਾਹ ਮੇਰੇ ਘਰ, ਮੇਰੀ ਚਾਹ ਤੇਰੇ ਘਰ, ਅਤੇ ਇਹ ਨਾ ਹੋਏ ਕਿ ਜਿਹੜਾ ਇਕੱਠ ਹੋਏ ਉਹ ਉੱਥੇ ਘੱਟ ਜੇ, ਅਤੇ ਅਸੀਂ ਕਹਿ ਸਕੀਏ ਕਿ ਦੇਖੋ ਜੀ ਇਹ ਰਾਜਨੀਤੀ ਖੇਡ ਰਹੇ ਸੀ, ਅਸੀਂ ਇਹਦੇ ਨਾਲ ਰੋਸ ਮਾਰਚ ਫੇਲ ਹੋ ਗਿਆ, ਲੋਕ ਇਹਨਾਂ ਦੇ ਨਾਲ ਨਹੀਂ ਹੈਗੇ, ਇਹ ਲੈ ਕੇ ਚੱਲਦੇ ਨੇ। ਇਹ ਬਹੁਤ ਹੀ ਗਲਤ ਚੀਜ਼ ਹੈ, ਬਹੁਤ ਹੀ ਮਾੜੀ ਚੀਜ਼ ਹੈ। ਮੇਰੀ ਸਾਰੇ ਵੀਰਾਂ ਨੂੰ ਅਪੀਲ ਹੈ, ਸਾਰੇ ਅਪੀਰਾਂ ਨੂੰ ਅਪੀਲ ਹੈ, ਸਮੂਹ ਸਾਧ ਸੰਗਤ ਨੂੰ ਅਪੀਲ ਹੈ, ਸਾਰੇ ਮੇਰੇ ਜਿੰਨੇ ਪੰਜਾਬ ਦੇ ਪੰਜਾਬੀ ਵੱਸਦੇ ਨੇ, ਸਮੂਹ ਪੰਜਾਬੀਆਂ ਨੂੰ ਮੇਰੀ ਅਪੀਲ ਹੈ ਕਿ ਹੁੰਮ ਹੁੰਮ ਆ ਕੇ ਪਹੁੰਚੋ ਬਰਗਾੜੀ,
ਆਪਣੇ ਕੋਟਕਪੂਰੇ ਪਹੁੰਚ ਕੇ ਰੋਸ ਮਾਰਚ ਸ਼ਾਮਿਲ ਹੋ ਕੇ ਵੱਡਾ ਕਾਫਲਾ ਤੁਹਾਨੂੰ ਦਿਖਾਉਣਾ ਚਾਹਾਂਗਾ ਮੇਰੇ ਮਿੱਤਰੋ। ਤੁਸੀਂ ਆਪ ਦੇਖ ਸਕਦੇ ਹੋ ਇੱਕ ਵੱਡਾ ਕਾਫਲਾ ਹੁਣ ਮੇਰੇ ਹਿਸਾਬ ਨਾਲ ਅੱਜ ਤਾਂ ਇਹਨਾਂ ਦੇ ਭਾਂਡੇ ਵਿਕ ਜਾਣੇ ਨੇ ਸ਼ਾਇਦ ਅਕਾਲੀਆਂ ਔਰ ਕਾਂਗਰਸੀਆਂ ਦੇ, ਕਿਉਂਕਿ ਕੱਲ੍ਹ ਵੀ ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਹਰੇਕ ਕਹਿੰਦੇ ਜੀ ਹਰੇਕ ਰੈਲੀ ਦੇ ਵਿੱਚ ਅਕਾਲੀਆਂ ਦੀ ਰੈਲੀ ਦੇ ਵਿੱਚ ਹਰੇਕ ਕੁਰਸੀ ਦੇ ਉੱਤੇ ਪਾਣੀ ਦੀ ਬੋਤਲ ਪਈ ਹੋਏਗੀ, ਖਾਣਾ ਪਿਆ ਹੋਏਗਾ, ਹਰੇਕ ਬਲੋਕ 'ਚ ਯੂਥ ਦੇ ਇਹਨਾਂ ਦੇ ਬੰਦੇ ਖੜ੍ਹੇ ਹੋਣਗੇ ਉਹਨਾਂ ਦੀ ਸੇਵਾ ਪਾਣੀ ਕਰਨ ਵਾਸਤੇ। ਉਹ ਯਾਰ ਉਹ ਇੰਨੀ ਸ਼ਰਮ ਆਉਂਦੀ ਹੈ ਤੁਹਾਨੂੰ, ਕਾਹਦੇ ਵਾਸਤੇ ਰੈਲੀ ਰੱਖੀ, ਤੁਹਾਡੇ ਏਜੰਡੇ ਕੀ ਨੇ ਆਹ ਤਾਂ ਦੱਸ ਦਿਉ, ਤੁਹਾਡੇ ਏਜੰਡੇ ਕੀ ਨੇ ਆਹ ਤਾਂ ਦੱਸੋ। ਕੁਛ ਵੀ ਏਜੰਡਾ ਨਹੀਂ ਹੈ ਇਹਨਾਂ ਦਾ, ਸਿਰਫ ਇੰਨਾ ਏਜੰਡਾ ਹੈਗਾ ਕਿ ਜਿਹੜਾ ਅੱਜ ਰੋਸ ਮਾਰਚ ਹੋ ਰਿਹਾ ਗੁਰੂ ਮਹਾਰਾਜ ਸਾਹਿਬ ਦੀ ਬੇਦਬੀ ਵਾਸਤੇ ਜਿਹੜਾ ਰੋਸ ਮਾਰਚ ਕੀਤਾ ਜਾ ਰਿਹਾ ਉਹਨੂੰ ਫੇਲ ਕਰਨ ਵਾਸਤੇ ਇਹਨਾਂ ਦਾ ਏਜੰਡਾ, ਇਹਨਾਂ ਦੀ ਰੈਲੀਆਂ ਨੇ ਇਹ। ਇਸ ਕਰਕੇ ਮੈਂ ਇਹਨਾਂ ਨੂੰ ਮੈਂ ਕਹਿੰਦਾ ਬਿਲਕੁਲ ਨਹੀਂ ਤੁਸੀਂ ਮੂੰਹ ਲਾਓ ਇਹਨਾਂ ਨੂੰ, ਔਰ ਐਸਾ ਮੂੰਹ ਤੋੜਵਾਂ ਜਵਾਬ ਦਿਓ ਅੱਜ ਕੀ ਪਤਾ ਲੱਗ ਜੇ ਕਿ ਮੈਂ ਕਹਿੰਦਾ ਬਾਦਲ ਸਿਰਫ ਖਾਲੀ ਕੁਰਸੀਆਂ ਨੂੰ ਅਨਾਊਂਸ ਕਰਕੇ ਚਲਾ ਜਾਏ, ਜਾਂ ਸਾਡੇ ਕਾਂਗਰਸ ਦੇ ਕੈਪਟਨ ਸੀ ਐਮ ਸਾਹਿਬ ਵੀ ਉਹ ਵੀ ਖਾਲੀ ਕੁਰਸੀਆਂ ਨੂੰ ਅਨਾਊਂਸ ਕਰਕੇ ਚਲੇ ਜਾਣ, ਅਤੇ ਸਾਰੀ ਸਾਧ ਸੰਗਤ ਨੂੰ ਅਪੀਲ ਹੈ ਕਿ ਉਹ ਹੁੰਮ ਹੁੰਮ ਆ ਕੇ ਭਾਰੀ ਗਿਣਤੀ 'ਚ ਆਪਣੇ ਬਰਗਾੜੀ ਪਹੁੰਚਣ। ਤੁਸੀਂ ਆਪ ਦੇਖ ਸਕਦੇ ਹੋ, ਮੈਂ ਕਹਿੰਦਾ ਸਾਡੇ ਫੋਟੋਆਂ ਮੁੰਡਿਆਂ ਨੂੰ ਫੋਟੋਆਂ ਲੈਣੀਆਂ ਔਖੀਆਂ ਹੋਈਆਂ ਹੋਈਆਂ ਨੇ, ਐਡਾ ਲੰਬਾ ਕਾਫਲਾ ਤੁਸੀਂ ਦੋ ਲੋ ਆਪ ਦੇਖ ਸਕਦੇ ਹੋ ਮੇਰੇ ਮਿੱਤਰੋ। ਇਹ ਆ ਗੁਰੂ ਸਾਹਿਬ ਦੇ ਪ੍ਰਤੀ ਇਹਨਾਂ ਦੀ ਸ਼ਰਧਾ, ਅਥਾਹ ਸ਼ਰਧਾ ਇਹਨਾਂ ਦੀ। ਅੱਜ ਤੋਂ ਬਾਅਦ ਤਾਂ ਮੇਰੇ ਖਿਆਲ ਸ਼ਾਇਦ ਇਹਨਾਂ ਦੀ ਰੈਲੀਆਂ ਨੂੰ ਇਹ ਆਪ ਹੀ ਕਹਿੰਦੇ ਹੋਣਗੇ ਯਾਰ ਕਿ ਅੱਜ ਤੋਂ ਬਾਅਦ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਅਸੀਂ, ਨਾ ਅਕਾਲੀਆਂ ਨੂੰ ਨਾ ਕਾਂਗਰਸੀਆਂ ਨੂੰ। ਹੁਣ ਤੁਸੀਂ ਆਪ ਦੇਖ ਸਕਦੇ ਹੋ ਇੱਕ ਵੱਡਾ ਕਾਫਲਾ ਜਿਹੜਾ ਜ਼ਿਲ੍ਹਾ ਪਟਿਆਲਾ ਤੋਂ ਨਿਕਲਣ ਲਈ ਥੋੜ੍ਹੀ ਦੇਰ 'ਚ ਤਿਆਰ ਹੈ। ਹੋਰ ਵੀ ਮੇਰੇ ਮਿੱਤਰ ਪਹੁੰਚ ਰਹੇ ਹਨ, ਹੋਰ ਵੀ ਮੇਰੇ ਦੋਸਤ ਪਹੁੰਚ ਰਹੇ ਹਨ ਜਿਹੜੇ ਕਿ ਥੋੜ੍ਹੀ ਦੇਰ 'ਚ ਪਹੁੰਚਣਗੇ। ਮੇਰੇ ਸਮੂਹ ਪੰਜਾਬੀਆਂ ਨੂੰ, ਸਮੂਹ ਗੁਰੂ ਨਾਨਕ ਲੇਵਾ ਸਾਧ ਸੰਗਤ ਨੂੰ, ਜਿਹੜੇ ਕਿ ਸਾਰੇ ਗੁਰੂ ਨੂੰ ਮੰਨਦੇ ਨੇ ਜਾਂ ਕੋਈ ਵੀ ਨੇ, ਉਹ ਸਾਰਿਆਂ ਨੂੰ ਇੱਕ ਵੱਡੀ ਅਪੀਲ ਹੈ ਕਿ ਤੁਸੀਂ ਭਾਰੀ ਗਿਣਤੀ 'ਚ, ਕੋਈ ਪਰਵਾਹ ਨਹੀਂ ਹੈ ਆਪਣੀ ਗੱਡੀ ਹੈ ਜਾਂ ਆਪਣਾ ਵਹੀਕਲ ਹੈ, ਬੱਸ ਹੈ, ਕੁਛ ਹੈ, ਮੇਰੀ ਸਾਰਿਆਂ ਨੂੰ ਬੇਨਤੀ ਹੈ, ਹੱਥ ਜੋੜ ਕੇ ਨਿਮਰਤਾ ਸਾਹਿਬ ਬੇਨਤੀ ਹੈ, ਇਹਨਾਂ ਦੇਖੋ ਕੌਣ ਹੈ ਕੀ ਹੈ। ਗੁਰੂ ਸਾਹਿਬ ਸਾਂਝੀਵਾਲਤਾ ਦਾ ਪ੍ਰਤੀਕ, ਅੱਜ ਇਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੋਇਆ, ਕੱਲ੍ਹ ਨੂੰ ਦੂਜੇ ਧਰਮਾਂ ਨਾਲ ਵੀ ਇਹ ਹੋ ਸਕਦਾ ਹੈਗਾ। ਇਹ ਨਹੀਂ ਹੈਗਾ ਕਿ ਅੱਜ ਗੁਰੂ ਗ੍ਰੰਥ ਸਾਹਿਬ ਨਾਲ ਹੋ ਗਿਆ ਔਰ ਅਸੀਂ ਲੋਕ ਨਾ ਚੱਲੀਏ, ਮੈਂ ਕਹਿੰਦਾ ਕੱਲ੍ਹ ਨੂੰ ਦੂਜੇ ਧਰਮਾਂ ਨਾਲ ਵੀ ਇਹ ਹੋ ਸਕਦਾ, ਹੋਰ ਵੀ ਧਰਮਾਂ ਦੇ ਗ੍ਰੰਥ ਹੈਗੇ ਉਹਨਾਂ ਦੀ ਵੀ ਬੇਦਬੀ ਕੀਤੀ ਜਾ ਸਕਦੀ ਹੈ ਇਸ ਗੰਦੀ ਰਾਜਨੀਤੀ ਨੂੰ ਚਮਕਾਉਣ ਲਈ। ਇਸ ਕਰਕੇ ਮੇਰੀ ਸਮੂਹ ਸਾਧ ਸੰਗਤ ਨੂੰ ਅਪੀਲ ਹੈ, ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਇੱਕ ਵੱਡੀ ਗਿਣਤੀ 'ਚ ਤੁਸੀਂ ਅੱਜ ਬਰਗਾੜੀ ਵੱਲ ਕੂਚ ਕਰੋ, ਰੋਸ ਮਾਰਚ ਦੇ ਵਿੱਚ ਪਹੁੰਚੋ ਔਰ ਇਹਨਾਂ ਅਕਾਲੀਆਂ ਔਰ ਕਾਂਗਰਸੀਆਂ ਨੂੰ ਐਸਾ ਮੂੰਹ ਤੋੜ ਜਵਾਬ ਦਿਓ, ਇਹ ਯਾਦ ਰੱਖਣ, ਇਹ ਯਾਦ ਰੱਖਣ 7 ਅਕਤੂਬਰ, ਇਹ ਯਾਦ ਰੱਖਣ ਇਹ ਬੰਦੇ, ਚਾਹੇ ਉਹ ਲੰਬੀ ਦੇ ਵਿੱਚ ਯਾਦ ਰੱਖਣ, ਚਾਹੇ ਉਹ ਪਟਿਆਲੇ ਦੇ ਵਿੱਚ ਯਾਦ ਰੱਖਣ। ਜਦ ਮੈਂ ਮਹੂਦਪੁਰ ਦਾਣਾ ਮੰਡੀ 'ਚ ਅਕਾਲੀਆਂ ਵੱਲੋਂ ਰੈਲੀ ਰੱਖੀ ਗਈ ਹੈ, ਕਹਿੰਦੇ ਜੀ ਇੱਕ ਵੱਡਾ ਇਕੱਠ ਹੋਏਗਾ 1.5 ਲੱਖ ਦਾ, ਮੈਂ ਕਹਿੰਦਾ 1,500 ਵੀ ਹੋ ਜੇ ਗੁਰੂ ਮਹਾਰਾਜ ਸਾਹਿਬ ਦੀ ਅੱਜ ਤੁਹਾਡੇ 'ਤੇ ਕੋਈ, ਮੈਨੂੰ ਲੱਗਦਾ ਨਹੀਂ ਕਿ ਕੋਈ ਵੱਡਾ ਇਕੱਠ ਹੋਏਗਾ ਜਾਂ ਲੰਬੀ 'ਚ ਹੋਏਗਾ ਜਾਂ ਉਰੇ ਹੋਏਗਾ, ਲੇਕਿਨ ਇੱਕ ਰਾਜਨੀਤੀ ਹੈ ਜਿਹੜੀ ਉਸਨੂੰ ਇਹ ਲੱਗੇ ਹੋਏ ਨੇ ਚਮਕਾਉਣ ਵਾਸਤੇ ਕਿ ਅਸੀਂ ਕਰਨੀ ਹੈਗੀ ਆਪਣੇ ਕੰਮ ਕਰਾਉਣੇ ਨੇ ਜਾਂ ਕੋਈ ਹੋਰ ਕਰਾਉਣੇ ਨੇ ਜਾਂ ਟਿਕਟਾਂ ਲੈਣੀਆਂ ਨੇ ਜਾਂ ਇਹ ਲੈਣੀਆਂ, ਤਾਂ ਉਹਨੂੰ ਛੱਡ ਦਿਉ ਪਹਿਲਾਂ। ਜਿਹੜਾ ਬੰਦਾ ਤੁਸੀਂ ਆਪਣੇ ਧਰਮ ਨਾਲ ਦੀ ਪੱਕੇ ਹੈਗੇ ਤਾਂ ਤੁਸੀਂ ਫਿਰ ਆਪਣੇ ਲੀਡਰਾਂ ਨਾਲ ਕਿੱਦਾਂ ਪੱਕੇ ਹੋ ਜਾਓਗੇ, ਜਾਂ ਤੁਸੀਂ ਪੰਜਾਬ ਲਈ ਕੀ ਲੜਾਈ ਲੜ ਸਕਦੇ। ਤਾਂ ਮੇਰੀ ਸਮੂਹ ਸਾਧ ਸੰਗਤ ਨੂੰ, ਸਮੂਹ ਪੰਜਾਬੀਆਂ ਨੂੰ ਹੱਥ ਜੋੜ ਕੇ ਨਿਮਰਤਾ ਸਾਹਿਬ ਬੇਨਤੀ ਹੈ ਕਿ ਬਰਗਾੜੀ ਵੱਲ ਕੂਚ ਕਰੋ, ਬਰਗਾੜੀ ਵੱਲ ਚਾਲੇ ਪਾਓ, ਅਸੀਂ ਤਾਂ ਨਿਕਲ ਚੁੱਕੇ ਹਾਂ, ਇੰਤਜ਼ਾਰ ਹੋ ਰਿਹਾ, ਹੋਰ ਸਾਧ ਸੰਗਤ ਪਹੁੰਚ ਰਹੀ ਆ ਉਰੇ ਸਾਡੇ ਕੋਲ ਜਿੰਨੀ ਵੀ ਹੈ, ਹੌਲੀ ਹੌਲੀ ਸਵੇਰ ਦੇ ਨਿਕਲੇ ਹੋਏ ਹਾਂ ਤਾਂ ਘਰੋਂ 6 ਵਜੇ ਦੇ, ਤਾਂ ਹੌਲੀ 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 ਕਾਫਲਾ ਵੱਧਦਾ ਜਾ ਰਿਹਾ, ਸਮੂਹ ਸਾਧ ਸੰਗਤ ਪਹੁੰਚ ਰਹੀ ਹੈ, ਹੋਰ ਵੀ ਬਥੇਰੇ ਬੰਦੇ ਪਹੁੰਚ ਰਹੇ ਨੇ, ਕਾਲਜ ਆ ਚੁੱਕੀਆਂ ਨੇ। ਤਾਂ ਮੇਰੀ ਸਾਰਿਆਂ ਨੂੰ ਅਪੀਲ ਹੈ, ਇੱਕ ਵੱਡੀ ਹੱਥ ਜੋੜ ਕੇ ਨਿਮਰਤਾ ਸਾਹਿਬ ਅਪੀਲ ਹੈ। ਕਈ ਵੀਰ ਮੇਰੇ ਕਮੈਂਟ ਵੀ ਦੇ ਰਹੇ ਹਨ, ਚਲੋ ਸਭ ਦੀ ਆਪਣੀ ਆਪਣੀ ਸੋਚ ਹੈ, ਆਪਾਂ ਨਹੀਂ ਕਿਸੇ ਨੂੰ ਕੁਛ ਨਹੀਂ ਕਹਿ ਸਕਦੇ, ਲੇਕਿਨ ਜਿਹੜੀ ਸਾਡੇ ਵੱਲੋਂ ਇੱਕ ਅਪੀਲ ਜਾਰੀ ਹੋ ਰਹੀ ਹੈ, ਅਪੀਲ ਹੈ ਤੁਹਾਡੇ ਸਾਹਮਣੇ ਹੈ, ਦੇਖ ਸਕਦੇ ਹੋ ਤੁਸੀਂ ਸਾਰੇ ਮੇਰੇ ਮੀਰ, ਮੇਰੇ ਮਿੱਤਰ, ਮੇਰੇ ਹੋਰ ਭਰਾ ਜਿੰਨੇ ਵੀ ਨੇ, ਉਹ ਸਾਰਿਆਂ ਨੂੰ ਇੱਕ ਵੱਡੀ ਅਪੀਲ ਆ, ਵੱਡਾ ਕਾਫਲਾ ਇੱਕ ਨਿਕਲਣ ਨੂੰ ਤਿਆਰ ਖੜਿਆ ਪਟਿਆਲੇ ਤੋਂ, ਤੁਸੀਂ ਆਪ ਦੇਖ ਸਕਦੇ ਹੋ ਜੇ ਇਹਨਾਂ ਨੂੰ ਅੱਜ। ਬਹੁਤ ਧੰਨਵਾਦ ਅਮਨ ਬਰਾੜ ਵੀਰ, ਬਹੁਤ ਧੰਨਵਾਦ ਜੀ। ਇੱਕ ਤੁਸੀਂ ਆਪ ਇਹਨਾਂ ਨੂੰ ਮੂੰਹ ਤੋੜ ਕੇ ਜਵਾਬ ਦਿਓ, ਇਹਨਾਂ ਅਕਾਲੀਆਂ ਨੂੰ, ਕਾਂਗਰਸੀਆਂ ਨੂੰ, ਇਹਨਾਂ ਨੂੰ ਦਿਖਾ ਦਿਓ ਕਿ ਇਹ ਜਿਹੜੀ ਰਾਜਨੀਤੀ, ਗੰਦੀ ਰਾਜਨੀਤੀ ਇਹ ਖੇਡ ਰਹੇ ਨੇ, ਇਹਨਾਂ ਨੂੰ ਮੂੰਹ ਤੋੜ ਕੇ ਜਵਾਬ ਮਿਲੇ, ਤਾਂ ਹੀ ਇਹ ਸੂਤ ਆਣਗੇ, ਤਾਂ ਹੀ ਇਹ ਬੰਦੇ ਬਣਨਗੇ, ਤਾਂ ਹੀ ਇਹ ਸਹੀ ਕਰਨਗੇ, ਤਾਂ ਹੀ ਇਹ ਸਹੀ ਤਰੀਕੇ ਨਾਲ ਚੱਲਣਗੇ, ਨਹੀਂ ਤਾਂ ਇਹਨਾਂ ਦਾ, ਮੈਨੂੰ ਤਾਂ ਨਹੀਂ ਲੱਗਦਾ ਇਹਨਾਂ ਦੇ ਹਾਲਾਤ ਸਹੀ ਚੱਲਣ ਦੇ। ਇਹ ਤਾਂ ਲੋਕ ਸੋਚਦੇ ਨੇ ਕਿ ਯਾਰ ਅਸੀਂ ਜੋ ਕਰ ਦਿੰਦੇ ਉਹ ਸਹੀ ਹੈ, ਮੈਂ ਕਹਿੰਦਾ ਪਿਛਲੇ 60 ਸਾਲਾਂ ਤੋਂ ਇਹ ਕਰਦੇ ਆ ਰਹੇ ਨੇ ਪੰਜਾਬ 'ਚ, ਪਹਿਲੀ ਵਾਰੀ ਮੇਰੀ, ਦੂਜੀ ਵਾਰੀ ਤੇਰੀ, ਦੂਜੀ ਤੀਜੀ ਵਾਰੀ ਮੇਰੀ, ਚੌਥੀ ਵਾਰੀ ਤੇਰੀ, ਇਹ ਇਹਨਾਂ ਦਾ ਚੱਲਦਾ ਰਿਹਾ। ਲੇਕਿਨ ਇਹ ਇੱਕ ਵਿੱਚ ਆਇਆ ਕਿ 10 ਸਾਲ ਅਕਾਲੀ ਰਾਜ ਕਰ ਗਏ,
ਕਿਹੜੀ ਹਿਸਾਬ ਦੇ ਨਾਲ ਕਿਹੜੀ ਗੇਮ ਦੇ ਨਾਲ ਪਤਾ ਨਹੀਂ ਲੱਗਿਆ ਉਹ, ਪਰ ਹੁਣ ਤੁਸੀਂ ਇੱਕ ਸੁਨਹਿਰੀ ਮੌਕਾ ਇਹ, ਇੱਕ ਮੈਂ ਕਹਿੰਦਾ ਤੁਹਾਡੇ ਕੋਲ ਇੱਕ ਵਧੀਆ ਤਰੀਕਾ ਸੀ ਇਹਨਾਂ ਨੂੰ ਸਬਕ ਸਿਖਾਉਣ ਦਾ, ਚਲੋ ਫਿਰ ਉਹ ਮੌਕਾ ਸੁਨਹਿਰੀ ਮੌਕਾ ਨਿਕਲ ਗਿਆ, ਖੁੰਝ ਗਿਆ, ਕੋਈ ਗੱਲ ਨਹੀਂ। ਪਰ ਇਹਨਾਂ ਦੀ ਰਾਜਨੀਤੀ ਜਿਹੜੀ ਗੰਦੀ ਰਾਜਨੀਤੀ ਚਮਕਾਉਂਦੇ ਨੇ, ਹੁਣ ਇਹ ਧਰਮ ਨੂੰ ਲੈ ਕੇ ਵੀ ਵਿੱਚ ਲਿਆਏ ਨੇ, ਰਾਜਨੀਤੀ ਦੇ ਵਿੱਚ ਧਰਮ ਨੂੰ ਖਰਾਬ ਕਰ ਰਹੇ ਨੇ, ਉਹਨੂੰ ਬਦਨਾਮ ਕਰ ਰਹੇ ਨੇ, ਧਰਮਾਂ ਦੀਆਂ ਮੈਂ ਕਹਿੰਦਾ ਹੋਰ ਬੇਦਬੀਆਂ ਕਰ ਰਹੇ ਨੇ। ਇਹਨਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ ਮਿੱਤਰੋ। ਔਰ ਤੁਸੀਂ ਸਾਰਿਆਂ ਨੂੰ ਇੱਕ ਵੱਡੀ ਅਪੀਲ ਕਰਨ ਜਾ ਰਹੇ ਹਾਂ ਕਿ ਸਮੂਹ ਸਾਧ ਸੰਗਤ, ਗੁਰੂ ਨਾਮ ਲੇਵਾ ਸਾਧ ਸੰਗਤ, ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ, ਸਮੂਹ ਪੰਜਾਬੀ ਚਾਹੇ ਕੋਈ ਵੀ ਹੈ, ਉਹ ਸਾਰੇ ਵੀਰਾਂ ਨੂੰ ਅਪੀਲ ਹੈ, ਹੱਥ ਜੋੜ ਕੇ ਬੇਨਤੀ ਹੈ, ਬਰਗਾੜੀ ਜੀ ਨੂੰ ਚਾਲੇ ਪਾਓ, ਬਰਗਾੜੀ ਰੋਸ ਮਾਰਚ 'ਚ ਪਹੁੰਚੋ, ਤਾਂ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਬੇਦਬੀ ਹੋਈ ਹੈ ਉਹਦੇ ਵਾਸਤੇ ਇਨਸਾਫ ਮੰਗ ਸਕੀਏ, ਉਹਦੇ ਵਾਸਤੇ ਇਨਸਾਫ ਲੈ ਸਕੀਏ, ਔਰ ਇਹਨਾਂ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦੇ ਸਕੀਏ। ਇੰਨਾ ਕਹਿੰਦੇ ਹੋਏ ਮੈਂ ਆਪਣੀ ਬਾਣੀ ਨੂੰ ਵਿਰਾਮ ਦਿਆਂਗਾ। ਸਾਰੇ ਵੀਰਾਂ ਨੂੰ ਬਹੁਤ ਧੰਨਵਾਦ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ।